ਟ੍ਰੇਨੀ ਆਈਐਸ ਪੂਜਾ ਖੇਟਕਰ ਨੂੰ ਲੈ ਕੇ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ ਆਈਏਐਸ ਪੂਜਾ ਖੇਟਕਰ ਤੇ ਯੂਪੀਐਸਸੀ ਨੂੰ ਗਲਤ ਜਾਣਕਾਰੀ ਦੇਣ ਤੇ ਇਲਜ਼ਾਮ ਲੱਗੇ ਨੇ ਤਾਂ ਫਰਜੀ ਡਿਸੇਬਿਲਟੀ ਸਰਟੀਫਿਕੇਟ ਇਸਤੇਮਾਲ ਕਰਨ ਦਾ ਇਲਜ਼ਾਮ ਲੱਗਿਆ ਹੈ ਤੇ ਵਿਸ਼ੇਸ਼ ਛੋਟ ਲਈ ਫਰਜੀ ਸਰਟੀਫਿਕੇਟ ਬਣਵਾਇਆ ਗਿਆ ਸੀ ਤਾਂ ਦੱਸਦੀ ਹੈ ਕਿ ਪੂਜਾ ਖੇਟਕਰ ਨੂੰ ਲੈ ਕੇ ਨਵਾਂ ਵਿਵਾਦ ਸ਼ੁਰੂ ਹੋਇਆ ਦੱਸਦੀ ਹੈ ਕਿ ਪੂਜਾ ਖੇਡ ਕਰਦਿਆਂ ਮੁਸੀਬਤਾਂ ਹੁਣ ਵੱਧੀਆਂ ਨਜ਼ਰ ਆ ਰਹੀਆਂ ਨੇ ਮਹਾਰਾਸ਼ਟਰ ਦੀ ਟ੍ਰੇਨਿੰਗ ਆਈਏਐਸ ਪੂਜਾ ਖੇਡ ਕਰਨ ਨੂੰ ਲੈ ਕੇ ਇਹ ਵਿਵਾਦ ਸ਼ੁਰੂ ਹੋਇਆ ਹੈ ਜਿਸ ਦੇ ਉੱਤੇ ਕਾਫੀ ਗੰਭੀਰ ਇਲਜ਼ਾਮ ਲੱਗੇ ਨੇ ਪੂਜਾ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਯੂਪੀਐਸਸੀ ਨੂੰ ਗਲਤ ਜਾਣਕਾਰੀ ਦਿੱਤੀ ਹੈ ਤੇ ਫਰਜੀ ਡਿਸੇਬਿਲਟੀ ਸਰਟੀਫਿਕੇਟ ਇਸਤੇਮਾਲ ਕਰਨ ਦੇ ਵੀ ਆਰੋਪ ਜੋ ਨੇ ਇਸ ਦੇ ਉੱਤੇ ਲੱਗੇ ਨੇ ਤਾਂ ਵਿਸ਼ੇਸ਼ ਛੋਟ ਦੇ ਲਈ ਫਰਜੀ ਸਰਟੀਫਿਕੇਟ ਬਣਵਾਇਆ ਗਿਆ ਸੀ ਨੇਤਰਹੀਨ ਦਾ ਸਰਟੀਫਿਕੇਟ ਲਗਾ ਕੇ ਵਿਸ਼ੇਸ਼ ਛੋਟ ਲਈ ਸੀ ਕਿਹਾ ਜਾ ਰਿਹਾ ਹੈ ਕਿ ਜਦੋਂ ਯੂਪੀਐਸਸੀ ਨੇ ਮੈਡੀਕਲ ਜਾਂਚ ਦੇ ਲਈ ਬੁਲਾਇਆ ਤਾਂ ਪੂਜਾ ਖੇਟਕਰ ਨੇ ਮੈਡੀਕਲ ਜਾਂਚ ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ 2023 ਬੈਚ ਦੀ ਟ੍ਰੇਨੀ ਆਈਏਐਸ ਪੂਜਾ ਖੇਟਕਰ ਯੂਪੀਐਸਸੀ ਪ੍ਰੀਖਿਆ ਚ 821ਵਾਂ ਰੈਂਕ ਹਾਸਲ ਕੀਤਾ ਸੀ ਦੱਸ ਦਈਏ ਕਿ ਪੂਜਾ ਖੇੜਕਰ ਉਸ ਵੇਲੇ ਚਰਚਾ ਦੇ ਵਿੱਚ ਆਈ ਸੀ ਜਦੋਂ ਉਹਨਾਂ ਨੇ ਪੂਨੇ ਦੇ ਵਿੱਚ ਪ੍ਰੋਬੇਸ਼ਨ ਪੀਰੀਅਡ ਦੌਰਾਨ ਕਲੈਕਟਰ ਦਫ਼ਤਰ 'ਚ ਕਈ ਵੀਆਈਪੀ ਸੁਵਿਧਾਵਾਂ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਕਲੈਕਟਰ ਨੇ ਸਰਕਾਰ ਨੂੰ ਪੱਤਰ ਲਿਖ ਕੇ ਇਸ ਦੀ ਸ਼ਿਕਾਇਤ ਕੀਤੀ ਸੀ ਪ੍ਰਾਈਵੇਟ ਆਡੀ ਕਾਰ ਤੇ ਸਰਕਾਰ ਦਾ ਬੋਰਡ ਲਗਾਉਣ ਤੇ ਵਿਵਾਦਾਂ ਦੇ ਵਿੱਚ ਆਈਸੀ ਤਾਂ ਕਿਤੇ ਨਾ ਕਿਤੇ ਆਈਏਐਸ ਪੂਜਾ ਖੇਡਕਰ ਨੂੰ ਲੈ ਕੇ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ ਤਾਂ ਟ੍ਰੇਨੀ ਆਈਏਐਸ ਪੂਜਾ ਖੇਡਕਰ ਦੇ ਉੱਤੇ ਕਾਫੀ ਗੰਭੀਰ ਇਲਜ਼ਾਮ ਲੱਗੇ ਨੇ ਫਰਜੀ ਡਿਸੇਬਿਲਟੀ ਸਰਟੀਫਿਕੇਟ ਇਸਤੇਮਾਲ ਕਰਨ ਦਾ ਇਲਜ਼ਾਮ ਲੱਗਾ ਹੈ ਨੇਤਰਹੀਦਾ ਸਰਟੀਫਿਕੇਟ ਲਗਾ ਕੇ ਉਹਨਾਂ ਦੇ ਵੱਲੋਂ ਵਿਸ਼ੇਸ਼ ਛੋਟ ਲਈ ਗਈ ਹੈ ਤਾਂ ਦੱਸ ਦिए ਕਿ ਯੂਪੀਐਸਸੀ ਨੇ ਮੈਡੀਕਲ ਜਾਂਚ ਦੇ ਲਈ ਜਦੋਂ ਬੁਲਾਇਆ ਤਾਂ ਪੂਜਾ ਖੇਟਕਰ ਨੇ ਮੈਡੀਕਲ ਜਾਂਚ ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ 2023 ਬੈਚ ਦੀ ਟ੍ਰੇਨੀ ਆਈਏਐਸ ਪੂਜਾ ਖੇਟਕਰ ਯੂਪੀਐਸਸੀ ਪ੍ਰੀਖਿਆ ਚ 821ਵਾਂ ਰੈਂਕ ਹਾਸਲ ਕੀਤਾ ਸੀ ਤੇ ਹੁਣ ਟ੍ਰੇਨੀ ਆਈਏਐਸ ਪੂਜਾ ਖੇਟਕਰ ਦੀਆਂ ਮੁਸੀਬਤਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ